ਸਸਿਕਾ ਜੀ ਮੈਂ ਮਿਤੋਜ ਸਿੰਘ ਫਰਮ ਅਕਾਲ ਐਜੂਕੇਸ਼ਨਲ ਸਰਵਿਸਿਜ਼ ਐਂਡ ਵੀਜ਼ਾ ਐਡਵਾਈਜ਼ਰ ਇੱਕ ਹੋਰ ਯੂਕੇ ਦਾ ਵੀਜ਼ਾ ਲੈ ਕੇ ਆਇਆ ਜੀ ਮੇਰੇ ਨਾਲ ਮਨਪ੍ਰੀਤ ਸਿੰਘ ਨੇ ਜੀ ਉਹਨਾਂ ਦੇ ਤਾਇਆ ਜੀ ਨੇ ਫਾਦਰ ਨੇ ਬੁਸੋਆ ਤੋਂ ਮੇਰਾ ਗਵਾਂਢੀ ਹੈ ਜੀ ਉਦਾਂ ਵੀ ਮੁੰਡਾ ਤੇ ਬੜਾ ਈਜ਼ੀ ਵੀਜ਼ਾ ਆ ਗਿਆ ਜੀ ਵਿਦਆਊਟ ਆਇਲਸ ਦਾ ਬੀਪੀਪੀ ਯੂਨੀਵਰਸਿਟੀ ਵਾਂਸ ਅਗੇਨ ਤੇ ਸਤੰਬਰ ਦੇ ਟੇਕ ਸੀਗਾ ਸੋ ਬੱਚਾ ਜਾ ਰਿਹਾ ਵਾ ਜੀ ਸੂਨ ਕਿਦਾਂ ਦਾ ਐਕਸਪੀਰੀਅੰਸ ਰਿਹਾ ਸਰ ਬਹੁਤ ਜੀ ਮੈਂ ਇੰਟਰਵਿਊ ਵਗੈਰਾ ਚ ਕੋਈ ਦਿੱਕਤ ਆਈ ਹੋਣੀ ਕੋਈ ਕੱਲ ਦੋ ਤਿੰਨ ਦਿਨ ਚ ਇਹਨੇ ਤਿਆਰੀ ਸ਼ੁਰੂ ਕੀਤੀ ਦੋ ਤਿੰਨ ਦਿਨ ਚ ਇੰਟਰਵਿਊ ਆ ਗਈ ਸੀ ਐਂਡ ਫਸਟ ਅਟੈਂਪਟ ਚ ਕਲੀਅਰ ਕੀਤੀ ਹੈ ਜੀ ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਈਜ਼ੀ ਹੈਗਾ ਆ ਥੋੜੀ ਜੀ ਮਿਹਨਤ ਜੇ ਕਰ ਲਓਗੇ ਇੰਟਰਵਿਊ ਤੇ ਜਨਰਲ ਕੁਐਸਚਨਸ ਹੁੰਦੇ ਆ ਬਹੁਤ ਈਜ਼ੀਲੀ ਕਲੀਅਰ ਹੋ ਜਾਂਦੀ ਹੈ ਅਗੇਨ ਜੇ ਕਿਸੇ ਨੂੰ ਗਾਈਡੈਂਸ ਚਾਹੀਦੀ ਹੋਵੇ ਜੀ ਵੀਜ਼ਾ ਰਿਗਾਰਡਿੰਗ ਨੰਬਰ ਸਾਡੇ ਦਿੱਤੇ ਹੋਏ ਆ ਡਿਸਕ੍ਰਿਪਸ਼ਨ ਚ ਪਲੀਜ਼ ਫੀਲ ਫਰੀ ਟੂ ਕੰਟੈਕਟ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਫਾਈਲ ਸਾਡੇ ਕੋਲੋਂ ਲਵਾਉਣੀ ਹੈ ਤੁਸੀਂ ਸਲਾਹ ਵੀ ਲੈਣਾ ਚਾਹੁੰਦੇ ਹੋ ਖਾਸ ਕਰਕੇ ਸਾਡੇ ਸੁਲਤਾਨਪੁਰ ਏਰੀਏ ਦੇ ਲੋਕ ਕੋਈ ਵੀ ਸਟੂਡੈਂਟ ਹੈਗਾ ਵਾ ਸਲਾਹ ਵੀ ਲੈਣਾ ਚਾਹੁੰਦਾ ਪਲੀਜ਼ ਨੰਬਰ ਮੇਰੇ ਦਿੱਤੇ ਹੋਏ ਆ ਡਿਸਕ੍ਰਿਪਸ਼ਨ ਚ ਕਾਲ ਕਰੋ ਅਸੀਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਥੈਂਕ ਯੂ ਵੈਰੀ ਮੱਚ